ਉਹ ਹੱਥ ਕਿੱਦਾਂ ਚੱਕਿਆ ਮਰ ਤੇ ਬਦਲ ਮੈਂ ਇਹ ਦੇਖੋ ਜੀ ਸ਼ਰਿਆਮ ਲੋਕਾਂ ਨਾਲ ਦਾਰੂ ਪੀਤੀ ਹੋਈ ਹਾਂ 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 अक्सर ही पंजाब पुलिस अपने कारनामे करके चर्चा विच रहिंदी है। हुण मामला फिर पंजाब पुलिस दा ही लुधियाणा तो आया है। तुहानू दस दईए कि लुधियाणा दे ट्रांसपोर्ट नगर तो यह मामला सामने आया जिथे रात नूं एक राहगीर तो किसी पुलिस वाले ने लिफ्ट मंगी तो राहगीर ने ਜਦੋਂ ਲਿਫਟ ਨਾ ਦਿੱਤੀ ਤਾਂ ਪੁਲਿਸ ਵਾਲਿਆਂ ਨੇ ਉਹ ਤੇ ਹੱਥ ਚੱਕ ਦਿੱਤਾ ਤੇ ਮਾਮਲਾ ਉਦੋਂ ਵਧਿਆ ਜਦੋਂ ਪਤਾ ਲੱਗਾ ਕਿ ਰਾਹਗੀਰ ਕੋਈ ਆਮ ਇਨਸਾਨ ਨਹੀਂ ਇੱਕ ਪੱਤਰਕਾਰ ਸੀ। ਸੋ ਪੱਤਰਕਾਰ ਦੇ ਨਾਲ ਹੱਥੋਬਾਈ ਕਰਨੀ ਪੁਲਿਸ ਵਾਲਿਆਂ ਨੂੰ ਕਿਸ ਤਰ੍ਹਾਂ ਪਈ ਮਹਿੰਗੀ ਤੁਸੀਂ ਇਹਨਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ। ਪਹਿਲਾਂ ਤਾਂ ਪੁਲਿਸ ਵਾਲਿਆਂ ਨੇ ਹੱਥ ਚੱਕ ਲਿੱਤਾ ਲੇਕਿਨ ਬਾਅਦ ਦੇ ਵਿੱਚ ਮਾਫੀ ਮੰਗਦਾ ਹੋਇਆ ਵੀ ਦਿਖਾਈ ਦਿੱਤਾ। ਮਾਮਲੇ ਵਿੱਚ ਸਾਫ਼ ਤੌਰ ਦੇ ਉੱਪਰ ਉਹ ਮੋਟਰਸਾਈਕਲ ਚਾਲਕ ਜੋ ਕਿ ਆਪਣਾ ਨੂੰ ਪੱਤਰਕਾਰ ਦੱਸ ਰਿਹਾ ਹੈ ਉਸਨੇ ਕਿਹਾ ਕਿ ਮੈਨੂੰ ਲਿਫਟ ਲੈਣ ਲਈ ਇਸਨੇ ਰੋਕਿਆ ਤਾਂ ਮੈਂ ਜਵਾਬ ਦੇ ਦਿੱਤਾ ਤੇ ਨਾਲ ਹੀ ਇਸਨੇ ਮੇਰੇ ਉੱਪਰ ਥੱਪੜ ਜੜ ਦਿੱਤਾ ਤੇ ਫਿਰ ਕੀ ਸੀ ਉਸ ਤੋਂ ਬਾਅਦ ਪੱਤਰਕਾਰ ਸਾਹਿਬ ਨੇ ਇਸ ਪੁਲਿਸ ਵਾਲੇ ਨੂੰ ਵੀ ਲਾ ਲਿਆ ਆਪਣੇ ਕੈਮਰੇ ਦੇ ਮੂਹਰੇ ਤੇ ਦੇਖੋ ਕਿਸ ਤਰ੍ਹਾਂ ਪੁਲਿਸ ਵਾਲਾ ਮੂੰਹ ਛੁਪਾਉਂਦਾ ਹੋਇਆ ਭੱਜ ਰਿਹਾ ਹੈ ਤੇ ਬਾਅਦ ਵਿੱਚ ਹੱਥ ਜੋੜ ਕੇ ਮਾਫ਼ੀ ਵੀ ਮੰਗ ਰਿਹਾ ਕਿ ਗਲਤੀ ਹੋ ਗਈ। ਗਲਤੀ ਮੰਗਦੇ ਮੰਗਦੇ ਉਸਨੇ ਇਹ ਵੀ ਕਬੂਲ ਕੀਤਾ ਕਿ ਮੈਂ ਸ਼ਰਾਬ ਪੀਤੀ ਹੋਈ ਹੈ। ਸੋ ਸ਼ਰਾਬ ਪੀਣਾ ਕੋਈ ਗੁਨਾਹ ਨਹੀਂ ਹੈ ਪਰ ਜੇਕਰ ਕੋਈ ਪੁਲਿਸ ਵਾਲਾ ਸ਼ਰਾਬ ਪੀ ਕੇ ਕਿਸੇ ਨਾਲ ਬਦਤਮੀਜ਼ੀ ਕਰਦਾ ਤਾਂ ਉਹਦਾ ਮਾਮਲਾ ਫਿਰ ਕਿੱਥੇ ਹੋਏਗਾ ਦਰਜ। ਸੋ ਇਸ ਤਰ੍ਹਾਂ ਹੀ ਮਾਮਲਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਦਾ ਹੈ। ਦੇਖੋ ਵੀਡੀਓ ਹੱਥ ਕਿੱਦਾਂ ਚੱਕਿਆ ਮਰਦੇ ਇਹ ਦੇਖੋ ਜੀ ਸ਼ਰੇਆਮ ਲੋਕਾਂ ਨਾਲ ਹੈ ਕੌਣ ਹੈ ਤੂੰ ਮੁਲਾਜ਼ਮ ਬੰਦਾ ਤੇਰਾ ਲਾਈ ਪੈ ਰਿਹਾ हेलो तेरी तो दीदी तू है कौन है अपनी चौंकी चो तू अपनी चौंकी का नाम दस कौंकी चो तू मेरे हाथ का तो चुकया जब मैं तेन क्या मैं नहीं लिफ्ट देनी जब मैं तेन क्या मैं तेन लिफ्ट नहीं देनी तू मेरे ते हाथ का तो चुकया मेरे ते हाथ का तो चुकया ਇਹ ਦੇਖੋ ਪੁਲਿਸ ਵਾਲਾ ਬੰਦਾ ਵਾ ਇਹਨੇ ਮੇਰੇ ਤੋਂ ਹੱਥ ਚੱਕਿਆ ਇਹਨੇ ਮੇਰੇ ਤੋਂ ਲਿਫਟ ਮੰਗੀ ਇਹ ਤੁਸੀਂ ਦੇਖ ਸਕਦੇ ਕਹਿੰਦਾ ਮੈਂ ਮੁਲਾਜ਼ਮ ਬੰਦਾ ਵਾਂ ਮੈਂ ਸਾਰੀ ਮੀਡੀਆ ਨੂੰ ਕਹੂੰਗਾ ਇਹਦੀ ਖਬਰ ਲਾਈ ਜਾਵੇ ਦਾਰੂ ਪੀਤੀ ਹੋਈ ਹੈ ਮੈਂ ਰਾਤ ਨੂੰ ਛੱਟ ਪੂਜਾ ਤੋਂ ਖਬਰ ਕਰਕੇ ਆ ਰਿਹਾ ਸੀ ਮੈਂ ਕਿਹਾ ਭਾਅ ਜੀ ਮੈਂ ਲਿਫਟ ਨਹੀਂ ਦੇ ਸਕਦਾ ਤੂੰ ਮੇਰੇ 'ਤੇ ਹੱਥ ਕਾਹਤੋਂ ਚੱਕਿਆ ਹੱਥ ਕਾਹਤੋਂ ਮੇਰੇ 'ਤੇ ਚੱਕਿਆ ਮੇਰੇ 'ਤੇ ਹੱਥ ਕਾਹਤੋਂ ਚੱਕਿਆ ਮੇਰੇ 'ਤੇ ਹੱਥ ਕਾਹਤੋਂ ਚੱਕਿਆ ਫਿਰ ਉੱਥੇ ਮੈਨੂੰ ਆਟੋ ਵਾਲੇ ਨੇ ਬਚਾਇਆ ਕਿਹੜੀ ਚੌਂਕੀ ਚ ਤੂੰ ਕੀ ਨਾਮ ਹੈ ਤੇਰਾ ਹਰਭਜਨ ਹਾਂ ਯਾਰ ਤੈਨੂੰ ਨਹੀਂ ਪਤਾ ਮੈਂ ਤੈਨੂੰ ਲਿਫਟ ਰਾਤ ਨੂੰ ਕਾਹਤੋਂ ਦਵਾਂ ਮੁੰਸ਼ੀ ਹਾਂ ਹਾਂ ਪੁੱਛਿਆ ਉਹਨੂੰ ਨਹੀਂ ਹੌਲਦਾਰ ਹੌਲਦਾਰ ਹਾਂ ਭਾਜੀ ਮੇਰੇ ਕੋਲ ਲੱਖ ਰੁਪਏ ਦਾ ਕੈਮਰਾ 10,000 ਮੇਰੀ ਜੇਬ 'ਚ ਪਿਆ ਵਾ ਹੌਲਦੀ ਕੀ ਇਦਾਂ ਮਾਰਨ ਦੀ ਨਹੀਂ ਨਹੀਂ ਮੈਂ ਮਾਰਿਆ ਦੱਸ ਮੇਰੇ ਗੱਲ ਮੈਂ ਤੁਹਾਨੂੰ ਇੱਕ ਉਹਨੇ ਲਿਫਟ ਅਗਲੇ ਨੇ ਮੰਗੀ ਤੁਸੀਂ ਲਿਫਟ ਮਾਰ ਨਹੀਂ ਮਾਰ ਵੀ ਮਾਰਨ ਤੇ ਆ ਗਈ ਮਾਰ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਸੌਰੀ ਮੰਗ ਲੈ ਜਾ ਦੀਪੂ ਵਿਛੜਾਈ ਜਾ ਤੂੰ ਦਾਰੂ ਪੀ ਕੇ ਤੂੰ ਕਹਿੰਦੇ ਮੈਂ ਮੁਲਾਜ਼ਮ ਬੰਦਾ ਵਾਂ ਤੂੰ ਮੇਰੇ ਤੇ ਹੱਥ ਕਿੱਦਾਂ ਚੱਕਿਆ ਇਹ ਦੇਖੋ ਪੁਲਿਸ ਵਾਲੇ ਨੇ ਰਾਤ ਨੂੰ ਦਾਰੂ ਪੀਤੀ ਕਹਿੰਦਾ ਮੈਂ ਮੁਲਾਜ਼ਮ ਬੰਦਾ ਜਦੋਂ ਮੈਂ ਨਹੀਂ ਲਿਫਟ ਦਿੱਤੀ ਜਦੋਂ ਮੈਨੂੰ ਕੁੱਟਣ ਲੱਗ ਪਿਆ ਇਹ ਬੰਦਾ ਪੁਲਿਸ ਵਾਲਾ ਮੁਲਾਜ਼ਮ ਬੰਦਾ ਵਾ ਜਦੋਂ ਇਹਨੇ ਮੇਰੇ ਤੋਂ ਲਿਫਟ ਮੰਗੀ ਮੈਂ ਕਿਹਾ ਮੈਂ ਨਹੀਂ ਦੇਣੀ ਤੈਨੂੰ ਇਹਨੇ ਉਲਟਾ ਮੇਰੇ 'ਤੇ ਹੱਥ ਚੱਕਿਆ ਤੂੰ ਮੇਰੇ 'ਤੇ ਹੱਥ ਕਾਹਤੋਂ ਚੱਕਿਆ ਮੇਰੇ 'ਤੇ ਹੱਥ ਕਾਹਤੋਂ ਚੱਕਿਆ ਸੌਰੀ ਨਹੀਂ ਤੂੰ ਮੇਰੇ 'ਤੇ ਹੱਥ ਕਾਹਤੋਂ ਚੱਕਿਆ
ਮੈਂ ਕਿਹਾ ਮੈਂ ਨਹੀਂ ਲਿਫਟ ਦੇਣੀ ਅੱਜ ਮੈਂ ਧੱਕਾ ਥੋੜਾ ਕਰੂੰਗਾ ਮੁਲਾਜ਼ਮ ਆ ਸਾਲੇ ਨੇ ਉੱਟ ਕੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਅਸੀਂ ਵੀ ਇੱਜ਼ਤ ਕਰਦੇ ਆ ਠੀਕ ਹੈ ਨਾ ਸਾਰੇ ਇੱਜ਼ਤ ਕਰਦੇ ਆ ਸਰ ਤੁਸੀਂ ਮੈਨੂੰ ਬਚਾਇਆ ਵਾ ਤੁਸੀਂ ਮੈਨੂੰ ਮੌਕੇ ਤੇ ਬਚਾਇਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਗੱਲ ਕਹੀ ਆ ਕਿ ਗਲਤ ਗੱਲ ਹੈਗੀ ਤੁਹਾਡੇ ਵਾਸਤੇ ਕਿ ਤੁਹਾਨੂੰ ਲਿਫਟ ਦੇ ਰਹੇ ਆ ਨਹੀਂ ਦੇ ਰਹੇ ਮੈਂ ਕਿਹਾ ਮੈਂ ਨਹੀਂ ਦੇਣੀ ਲਿਫਟ ਮਾਹੌਲ ਹੈ ਨਹੀਂ ਨਾ ਸ਼ਹਿਰ ਦੇ ਵਿੱਚ ਮੈਂ ਰਾਤ ਨੂੰ ਰਾਈਡ ਸਾਲੇ ਮੈਨੂੰ ਮੋਟਰਸਾਈਕਲ ਤੋਂ ਤਾਰ ਕੇ ਮੇਰੇ ਚਪੇੜਾ ਮਾਰਨੀਆਂ ਸ਼ੁਰੂ ਕਰਤੀ ਆ ਪਰ ਇਹਨੇ ਸੌਰੀ ਮੰਗੀ ਕੈਮਰੇ ਦੇ ਸਾਹਮਣੇ ਸੌਰੀ ਮੰਗੀ ਪਰ ਤੁਸੀਂ ਵੀਡੀਓ ਇਹਦੀ ਦੋ ਕਿਤੇ ਠਾਣੇ ਠੂਣੇ ਦੋ ਪਤਾ ਲੱਗੇ ਵੀ ਹਾਂ ਵੀ ਪੁਲਿਸ ਦੇ ਅਧਿਕਾਰੀ ਕਿੱਦਾਂ ਦੇ ਆਪਣੇ ਚੱਲ ਰਹੇ ਨੇ ਤਨਖਾਹਾਂ ਫ੍ਰੀ ਦੇ ਲੈ ਰਹੇ ਪੈਸਾ ਤਾਂ ਸਾਡਾ ਹੀ ਜਾ ਰਿਹਾ ਹਾਂਜੀ ਤਨਖਾਹਾਂ ਫ੍ਰੀ ਦੇ ਲੈ ਰਹੇ ਪੈਸਾ ਤਾਂ ਸਾਡਾ ਹੀ ਜਾ ਰਿਹਾ ਟੈਕਸ ਦਿੰਨੇ ਸਭ ਕੁਝ ਪੇ ਕਰਦੇ ਤਨਖਾਹਾਂ ਤਾਂ ਭਾਜੀ ਮੈਂ ਛੱਟ ਪੂਜਾ ਤੋਂ ਖਬਰ ਕਰਕੇ ਆ ਰਿਹਾ ਵਾਂ ਤੁਸੀਂ ਇਹਨੂੰ ਉੱਥੇ ਚੁੱਪ ਚੁੱਪ ਤੇ ਜਿਹੜੇ ਠਾਣੇ 'ਚ ਹੁੰਦਾ ਹੋਊਗਾ ਨੇੜੇ ਤੇੜੇ ਵਾਲੇ 'ਚ ਉੱਥੇ ਦਿਓ ਇਹਦੀ ਵੀਡੀਓ ਤੇ ਇਹਨੂੰ ਸਸਪੈਂਡ ਕਰ ਦਿੰਦੇ ਕਮਿਸ਼ਨਰ